ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਜਿਹੜੇ ਇੱਥੇ ਆਸਟ੍ਰੇਲੀਆ ਦੇ ਪੀਐਮ ਆ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਆ ਉਹਨਾਂ ਦੀ ਕੱਲ੍ਹ ਅਨਾਊਂਸਮੈਂਟ ਆਈ ਸੀ ਜੋ ਉਹਨਾਂ ਨੇ ਅਫੀਸ਼ੀਅਲ ਅਨਾਊਂਸਮੈਂਟ ਕੀਤੀ ਆ ਅਤੇ ਉਹਦੇ ਵਿੱਚ ਉਹਨਾਂ ਨੇ ਸਾਫ਼ ਸਾਫ਼ ਇਹ ਕਹਿ ਦਿੱਤਾ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਆ ਜਿਹੜੇ ਜਾਂ ਟੈਂਪਰੇਰੀ ਵੀਜ਼ਾ ਜਿਹੜੇ ਵਾਲੇ ਆ ਜਿੱਦਾਂ ਮਤਲਬ ਕਿ ਵਿਜ਼ਿਟਰ ਵੀਜ਼ਾ ਵਾਲੇ ਆ ਟੂਰਿਸਟ ਜਿਹੜੇ ਆ ਹਾਂਜੀ ਸਬ ਕਲਾਸ 489 ਅਤੇ ਜਿਹੜੇ ਆਪਾਂ ਸਟੂਡੈਂਟ ਆ ਸਬ ਕਲਾਸ 500 ਉਹਨਾਂ ਨੂੰ ਕੋਈ ਵੀ ਬੈਨੀਫਿਟ ਨਹੀਂ ਮਿਲਣਾ ਹੈਗਾ ਜੋ ਵੀ ਪੈਕੇਜ ਹੈਗੇ ਆ ਉਹਨਾਂ ਵਿੱਚ ਉਹਨਾਂ ਲਈ ਕੋਈ ਵੀ ਬੈਨੀਫਿਟਸ ਕੋਈ ਵੀ ਫੈਸਿਲਿਟੀ ਉਹਨਾਂ ਨੂੰ ਗਵਰਨਮੈਂਟ ਵੱਲੋਂ ਉਹਨਾਂ ਨੂੰ ਕੁਝ ਨਹੀਂ ਮਿਲਣਾ ਉਹਨਾਂ ਨੇ ਸਾਫ਼ ਸਾਫ਼ ਇਹ ਕਹਿ ਦਿੱਤਾ ਆ ਕਿ ਜਿਹੜੇ ਵੀ ਸਟੂਡੈਂਟਸ ਇੱਥੇ ਆਉਂਦੇ ਆ ਉਹ ਆਪਣੀ 6 ਮੰਥ ਜਾਂ ਸਾਲ ਦੀ ਫੀਸ ਭਰ ਕੇ ਆਉਂਦੇ ਆ ਉਹਨਾਂ ਕੋਲ ਰਿਕੁਆਇਰ ਹਾਂਜੀ ਉਹਨਾਂ ਕੋਲ ਫੰਡਸ ਉਹਨਾਂ ਨੇ ਸ਼ੋਅ ਕੀਤੇ ਹੁੰਦੇ ਆ ਇਸ ਕਰਕੇ ਉਹ ਆਪਣੇ ਫੰਡਸ ਯੂਜ਼ ਕਰਨ ਇਸ ਘੜੀ ਦੇ ਵਿੱਚ ਔਖੇ ਦੇ ਟਾਈਮ ਦੇ ਵਿੱਚ ਅਤੇ ਉਹਨਾਂ ਨੇ ਇਹ ਕਿਹਾ ਆ ਕਿ ਜਿੱਦਾਂ ਕਿ ਜਦੋਂ ਸਟੂਡੈਂਟ ਵੀਜ਼ਾ 'ਤੇ ਆਉਂਦੇ ਆ ਰਿਕੁਆਇਰਮੈਂਟ ਤਾਂ ਹੀ ਰੱਖੀ ਜਾਂਦੀ ਆ ਕਿ ਸਟੂਡੈਂਟ ਕੋਲ ਪਿੱਛੋਂ ਫੰਡਸ ਹੈਗੇ ਆ ਕਿ ਔਖੇ ਟਾਈਮ ਜੇ ਕੋਈ ਪ੍ਰੋਬਲਮ ਆ ਗਈ ਆ ਕਿ ਉਹ ਆਪਣਾ ਫੀਸ ਵਗੈਰਾ ਜਾਂ ਇੱਥੇ ਲਿਵਿੰਗ ਐਕਸਪੈਂਸਿਸ ਕੱਢ ਸਕਦੇ ਆ ਅਤੇ ਸਰਕਾਰ ਵੱਲੋਂ ਕਹਿੰਦੇ ਉਹਨਾਂ ਨੂੰ ਕੋਈ ਬੈਨੀਫਿਟਸ ਨਹੀਂ ਮਿਲਣਾ ਅਤੇ ਜਿਹੜੇ ਇੱਥੇ ਰਹਿੰਦੇ ਹੋਏ ਆਪਣੇ ਐਕਸਪੈਂਸਿਸ ਕੋਸਟ ਆਫ ਲਿਵਿੰਗ ਐਕਸਪੈਂਸਿਸ ਜਾਂ ਹੋਰ ਕੋਈ ਐਕਸਪੈਂਸਿਸ ਆਪਣਾ ਗਰੋਸਰੀ ਵਗੈਰਾ ਵਾਸਤੇ ਜਿਹੜੇ ਨਹੀਂ ਕੱਢ ਸਕਦੇ ਆ ਅਤੇ ਉਹ ਕਹਿੰਦੇ ਆ ਕਿ ਉਹ ਆਪਣੀ ਕੰਟਰੀ ਨੂੰ ਜਾ ਸਕਦੇ ਆ ਇੱਥੇ ਆਸਟ੍ਰੇਲੀਆ ਤੋਂ ਲੀਵ ਕਰ ਸਕਦੇ ਆ ਉਹਨਾਂ ਨੇ ਬਿਲਕੁਲ ਸਾਫ਼ ਸਾਫ਼ ਆਪਣੇ ਕਹਿ ਦਿੱਤਾ ਹੈ ਅਨਾਊਂਸਮੈਂਟ ਕਰ ਦਿੱਤੀ ਆ ਅਤੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕੋਈ ਬੈਨੀਫਿਟਸ ਨਹੀਂ ਹੈਗੇ ਆ ਨਾ ਆਉਣ ਵਾਲੇ ਟਾਈਮ 'ਚ ਉਹ ਕਹਿੰਦੇ ਦੇਣਾ ਹੈਗਾ ਕੁਛ ਇੱਦਾਂ ਦਾ ਬੈਨੀਫਿਟਸ ਜੋ ਉਹਨਾਂ ਨੇ ਬੈਨੀਫਿਟਸ ਇਸ਼ੂ ਕੀਤੇ ਆ ਜੋ ਫੈਸਿਲਿਟੀਜ਼ ਦਿੱਤੀ ਆ ਉਹਨਾਂ ਨੇ ਸਿਰਫ ਦਿੱਤੀ ਆ ਆਪਣੇ ਜਿਹੜੇ ਪਰਮਾਨੈਂਟ ਰੈਜੀਡੈਂਟ ਆ ਜਿਹੜੇ ਨੇਟਿਵ ਆ ਅਤੇ ਜਿਹੜੇ ਇੱਥੇ ਦੇ ਸਿਟੀਜ਼ਨ ਆ ਉਹਨਾਂ ਨੂੰ ਦਿੱਤੀ ਆ ਬਾਕੀ ਹੋਰ ਕਿਸੇ ਲਈ ਕੋਈ ਵੀ ਫੈਸਿਲਿਟੀ ਨਹੀਂ ਹੈਗੀ ਆ ਅਤੇ ਦੇਖਦੇ ਆ ਇਸ ਵੀਕ ਉਹ ਕਹਿੰਦੇ ਆ ਕਿ ਰੈਂਟ ਵਾਸਤੇ ਕੋਈ ਕਰੂਗੇ ਫਰਦਰ ਕੋਈ ਵੀ ਸਟੈਪ ਚੱਕਣ ਲਈ ਇੱਥੇ ਦਾ ਸਿਨੈਰੀਓ ਦੇਖ ਲਿਓ ਕਿਉਂਕਿ ਇੱਥੇ ਜੋਬਸ ਵੀ ਬਿਲਕੁਲ ਕੁਆਇਟ ਆ ਅਤੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਇੱਥੇ ਆਉਣੇ ਆ ਜਾਂ ਇੱਥੇ ਪ੍ਰੈਜੈਂਟਲੀ ਰਹਿ ਰਹੇ ਆ ਉਹਨਾਂ ਵਾਸਤੇ ਇਹਨਾਂ ਦੀ ਗੌਰਮੈਂਟ ਕੁਛ ਵੀ ਨਹੀਂ ਕਰ ਰਹੀ ਹੈਗੀ ਉਹਨਾਂ ਨੇ ਕੋਈ ਫੈਸਿਲਿਟੀ ਨਹੀਂ ਦਿੱਤੀ ਹੈਗੀ ਆ ਅਤੇ ਇਹਨਾਂ ਦੇ ਵੀਜ਼ੇ ਆ ਗਏ ਆ ਉਹ ਟਰੈਵਲ ਨਹੀਂ ਕਰ ਸਕਦੇ ਹੈਗੇ ਆ ਅਤੇ ਜਿਹੜੇ ਟਰੈਵਲ ਕਰ ਸਕਦੇ ਆ ਉਹ ਇਹਨਾਂ ਦੇ ਆਪਣੇ ਜਿਹੜੇ ਪਰਮਾਨੈਂਟ ਰੈਜੀਡੈਂਟ ਆ ਜਾਂ ਨੇਟਿਵਸ ਆ ਅਤੇ ਉਹੀ ਕਰ ਸਕਦੇ ਆ ਜਿਹੜੇ ਸਿਟੀਜ਼ਨ ਆ ਹੋਰ ਕੋਈ ਵੀ ਟਰੈਵਲ ਹਜੇ ਤੱਕ ਕੋਈ ਕਰ ਨਹੀਂ ਸਕਦਾ ਅਤੇ ਕਦੋਂ ਤੱਕ ਉਹ ਟਰੈਵਲ ਕਰ ਸਕਦੇ ਸਟੂਡੈਂਟ ਵੀਜ਼ਾ ਜੁਲਾਈ ਲਈ ਅਪਲਾਈ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਹਾਂ ਇਹਦੇ ਬਾਰੇ ਹਜੇ ਅਸੀਂ ਕੁਛ ਨਹੀਂ ਕਹਿ ਸਕਦੇ ਹੈਗੇ ਹਾਂ ਕਿਉਂਕਿ ਹਜੇ ਤੱਕ ਵੀ ਟਾਈਮ ਉੱਦਾਂ ਦਾ ਹੀ ਚੱਲ ਰਿਹਾ ਆ ਦਿਨੋਂ ਪਰ ਦਿਨ 100 ਕੇਸਿਸ ਵੱਧ ਰਹੇ ਆ 100 to 150 ਕੇਸਿਸ ਆਸਟ੍ਰੇਲੀਆ ਦੇ ਵਿੱਚ ਵੱਧ ਰਹੇ ਆ ਹੁਣ ਤਾਂ ਉਹਨਾਂ ਨੇ ਜਿਹੜੇ ਕੋਲਸ ਆ ਸੁਪਰ ਮਾਰਕੀਟ ਆ ਕੋਲਸ ਗਰੋਸਰੀ ਸਟੋਰ ਆ ਕੋਲਸ ਵੂਲਵਰਥ ਆ ਉਹਨਾਂ 'ਤੇ ਵੀ ਲਿਮਿਟ ਕਰ ਦਿੱਤੀ ਆ ਕਿ ਇੰਨੇ ਪਰਸਨ ਅੰਦਰ ਜਾ ਸਕਦੇ ਆ ਅਤੇ 1.5 meter ਦਾ ਡਿਸਟੈਂਸ ਉਹਨਾਂ ਨੇ ਰੱਖਣਾ ਆ ਇਹ ਵੀ ਹੁਣੇ ਹੀ ਜਸਟ 1 hour ਹੀ ਹੋਇਆ 1 ਘੰਟਾ ਹੀ ਹੋਇਆ ਆ ਇਹ ਲਾਅ ਉਹਨਾਂ ਨੇ ਕੀਤੇ ਨੂੰ ਨਵਾਂ ਇੱਕ ਹੁੰਦੀ ਆ ਸੁਪਰ ਐਨੁਏਸ਼ਨ ਹੁੰਦੀ ਆ ਜਿਹੜੀ ਆਪਣੀ ਜਿੱਦਾਂ ਟੈਕਸ 2 ਤਰ੍ਹਾਂ ਦੇ ਹੁੰਦੇ ਟੈਕਸ ਕੱਟ ਹੁੰਦਾ ਉਹ ਆਪਾਂ ਸਾਲ ਬਾਅਦ ਲੈ ਸਕਦੇ ਹਾਂ ਇੱਕ ਸੁਪਰ ਐਨੁਏਸ਼ਨ ਆਪਣੀ ਕੱਟ ਹੁੰਦੀ ਆ ਉਹ ਆਪਾਂ ਲੈ ਨਹੀਂ ਸਕਦੇ ਉਹ ਆਪਾਂ ਨੂੰ ਉਦੋਂ ਮਿਲਦੀ ਜਦੋਂ ਆਪਾਂ ਕੰਟਰੀ ਲੀਵ ਕਰਦੇ ਹਾਂ ਜਾਂ ਆਪਾਂ ਜਦੋਂ ਜਾਂ ਪੈਨਸ਼ਨ ਦੇ ਤੌਰ 'ਤੇ ਮਿਲਦੀ ਆ ਜਦੋਂ ਆਪਾਂ ਇੱਥੇ ਸਿਟੀਜ਼ਨ ਹੋ ਗਏ ਹਾਂ ਫਿਰ ਉਹ ਪੈਨਸ਼ਨ ਦੇ ਤੌਰ 'ਤੇ ਥੋੜ੍ਹਾ ਥੋੜ੍ਹਾ ਜਦੋਂ ਏਜ ਹੋ ਜਾਂਦੇ ਆ ਤਾਂ ਉਹ ਫਿਰ ਪੈਨਸ਼ਨ ਦੀ ਤਰ੍ਹਾਂ ਮਿਲਦੇ ਆ ਪਰ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਉਹ ਜਿਹੜੀ ਸੁਪਰ ਐਨੁਏਸ਼ਨ ਆ ਉਹ ਤੁਸੀਂ ਹੁਣ ਲੈ ਸਕਦੇ ਹਾਂ ਸਟੂਡੈਂਟ ਵੀ ਲੈ ਸਕਦੇ ਬਸ ਉਹ ਫੈਸਿਲਿਟੀ ਸਾਨੂੰ ਹੁਣ ਦਿੱਤੀ ਹੈ ਕਿ ਸੁਪਰ ਐਨੁਏਸ਼ਨ ਆਪਣਾ ਕਢਵਾ ਸਕਦੇ ਹਾਂ ਜਿਹੜੇ ਵੀ ਜੌਬ ਕਰਦੇ ਆ TFN ਤੇ ABN ਤੇ ਉਹਨਾਂ ਦਾ ਇੱਕ ਤਾਂ ਟੈਕਸ ਕੱਟ ਹੁੰਦਾ ਹੈ ਸੈਲਰੀ ਦੇ ਵਿੱਚੋਂ ਕੁਛ ਪਾਰਟ ਅਤੇ ਇੱਕ ਸੁਪਰ ਕੱਟ ਹੁੰਦਾ ਹੈ ਸੁਪਰ ਐਨੁਏਸ਼ਨ ਜਿਹੜਾ ਕਿ ਅਸੀਂ ਜਦੋਂ ਕੰਟਰੀ ਲੀਵ ਕਰਨੀ ਪੱਕੇ ਤੌਰ 'ਤੇ ਉਦੋਂ ਲੈ ਸਕਦੇ ਹਾਂ ਅਤੇ ਜਦੋਂ ਅਸੀਂ ਇੱਥੇ ਪੱਕੇ ਰੈਜ਼ੀਡੈਂਟ ਹੋ ਗਏ ਰੈਜ਼ੀਡ ਹੋ ਜਾਂਦੇ ਫਿਰ ਪੈਨਸ਼ਨ ਦੀ ਉਹ ਫਿਰ ਐਜ਼ ਏ ਪੈਨਸ਼ਨ ਥੋੜ੍ਹਾ ਥੋੜ੍ਹਾ ਅਮਾਊਂਟ ਉਹਦਾ ਮਿਲਦਾ ਰਹਿੰਦਾ ਉਹਦੀ ਫੈਸਿਲਿਟੀ ਜਿਹੜੀ ਸੀਗੀ ਆ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਸੁਪਰ ਐਨੁਏਸ਼ਨ ਤੁਸੀਂ ਸਟੂਡੈਂਟਸ ਨੂੰ ਇਹੀ ਬੈਨੀਫਿਟਸ ਦਿੱਤਾ ਜਿਹੜਾ ਵੀ ਸੁਪਰ ਐਨੁਏਸ਼ਨ ਆ ਜਿੰਨਾ ਕੁ ਬਣਿਆ ਤੁਸੀਂ ਕਢਵਾ ਸਕਦੇ ਆ ਆਪਣੇ ਔਖੇ ਟਾਈਮ ਦੇ ਲਈ ਇਸ ਤੋਂ ਇਲਾਵਾ ਉਹਨੇ ਕੋਈ ਨਹੀਂ ਦਿੱਤਾ ਹੈਗਾ ਆ ਕੋਈ ਵੀ ਬੈਨੀਫਿਟ ਸਾਨੂੰ ਸਟੂਡੈਂਟ ਨੂੰ ਕੋਈ ਨਹੀਂ ਦਿੱਤਾ ਹੈਗਾ ਆ ਅਤੇ ਹੁਣ ਦੇ ਟਾਈਮ 'ਚ ਜੋਬਸ ਤਾਂ ਬਹੁਤ ਕੁਆਇਟ ਚੱਲ ਰਹੀਆਂ ਆ ਅਤੇ ਜੋਬਸ ਵੀਕ ਹੋ ਗਿਆ
ਡੇਢ ਵੀਕ ਹੋ ਗਿਆ ਸਾਨੂੰ ਵੀ ਜੋਬ ਨਹੀਂ ਹੈਗੀ ਆ ਕਿਉਂਕਿ ਪਿੱਛੋਂ ਹੋਟਲ ਰੈਸਟੋਰੈਂਟ ਬੰਦ ਹੋਏ ਆ ਕੰਮ ਸਾਡਾ ਹੋਟਲ ਰੈਸਟੋਰੈਂਟ ਦਾ ਜ਼ਿਆਦਾ ਹੁੰਦਾ ਸੀ ਟੂਰਿਸਟ ਆਉਂਦੇ ਨਹੀਂ ਹੈਗੇ ਆ ਅਤੇ ਇੱਕ ਦੋ ਜਿਹੜੇ ਪੱਕੇ ਉਹਨਾਂ ਦੇ ਪਰਮਾਨੈਂਟ ਇੰਪਲੋਈ ਆ ਉਹੀ ਬਸ ਕੰਮ ਲਈ ਆਉਂਦੇ ਆ ਅਤੇ ਸਾਡੀ ਐਨੂਅਲ ਲੀਵ ਬਣੀ ਸੀਗੀ ਸ਼ੁਰੂ ਤੋਂ ਹੀ ਟੀ ਐੱਫ ਐਨ 'ਤੇ ਕੰਮ ਕਰਦੇ ਪਏ ਹਾਂ ਐਨੂਅਲ ਲੀਵ ਥੋੜ੍ਹੀ ਮਿਲਦੀ ਆ ਸਾਲ ਦੀ 4 ਵੀਕ ਦੀ ਮਿਲਦੀ ਆ ਉਹਦੇ ਆਰ ਜਮ੍ਹਾਂ ਹੋਏ ਆ ਮੇਰੇ ਵੀ ਅਲੱਗ ਜਮ੍ਹਾਂ ਹੋਏ ਆ ਅਤੇ ਇਹਨਾਂ ਦੇ ਵੀ ਜਮ੍ਹਾਂ ਹੋਏ ਆ ਉਹਦੇ ਵਿੱਚੋਂ ਸਾਨੂੰ ਵੀਕਲੀ ਥੋੜ੍ਹਾ ਜਿਹਾ ਅਮਾਊਂਟ ਦੇ ਦਿੰਦੇ ਆ ਉਹ ਆਪ ਪੁੱਛਦੇ ਆ ਕਿ ਕਿੰਨੇ ਕੁ ਤੁਹਾਨੂੰ ਆਰ ਦੇ ਆਪਾਂ ਪੇਮੈਂਟ ਕਰੀਏ ਫਿਰ ਅਸੀਂ 12-15 ਆਰਸ ਦੇ ਹਰ ਵੀਕ ਪਵਾ ਲਈਦੇ ਉਹਨਾਂ 'ਤੇ ਅਤੇ ਵੈਸੇ ਵੀ ਬੋਸ ਵਧੀਆ ਬੰਦਾ ਆ ਕੰਮ ਉੱਤੇ ਸਾਲ ਹੋ ਗਿਆ ਕਰਦਿਆਂ ਨੂੰ ਅਤੇ ਉਹ ਫੋਨ ਕਰਕੇ ਹਮੇਸ਼ਾ ਪੁੱਛਦਾ ਰਹਿੰਦਾ ਹੈ ਕਿ ਕੋਈ ਵੀ ਪ੍ਰੋਬਲਮ ਹੋਊਗੀ ਕੋਈ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਊਗੀ ਕਾਲ ਕਰ ਲਿਓ ਅਤੇ ਉਹ ਐਕਸਟਰਾ ਵੀ ਆਪਣੇ ਕੋਲ ਦੇ ਦੂੰਗੇ ਉਹਨੂੰ ਪਤਾ ਕਿ ਉੱਥੇ ਕੰਮ ਕਰਦੇ ਹਾਂ ਕਿ ਜਦੋਂ ਸਾਰਾ ਕੁਛ ਸਿਚੁਏਸ਼ਨ ਨੋਰਮਲ ਹੋ ਗਈ ਅਤੇ ਉਹਦੇ ਵਿੱਚੋਂ ਆਪੇ ਹੀ ਥੋੜ੍ਹਾ ਸੈਲਰੀ ਵਿੱਚੋਂ ਅਤੇ ਬਾਕੀ ਤਾਂ ਆਹੀ ਅਨਾਊਂਸਮੈਂਟ ਸੀ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀ ਸੀਗੀ ਅਤੇ ਜਿੱਦਾਂ ਵੀ ਕੋਈ ਨਵੀਂ ਅਨਾਊਂਸਮੈਂਟ ਆਉਂਦੀ ਆ ਅਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ।